ਯੂਕਰੇਨ ਤੇ ਰੂਸ ਜੰਦ ਦੀ ਗੱਲ ਕਰ ਲੈਨੇ ਆ ਰੂਸੀ ਹਮਲੇ ਦਾ ਯੂਕਰੇਨ ਤੇ 25ਵਾਂ ਦਿਨ ਰਿਹਾ ਐਤਵਾਰ ਨੂੰ ਸ਼ਨੀਚਰਵਾਰ ਨੂੰ ਵੀ ਰੂਸੀ ਬਲਾਂ ਦੇ ਵੱਲੋਂ ਯੂਕਰੇਨ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹਮਲੇ ਜਾਰੀ ਰਹੇ ਯੂਕਰੇਨ ਦੇ ਜੰਗ ਪ੍ਰਭਾਵਿਤ ਸ਼ਹਿਰ ਮਾਰੀਆਪੋਲ ਤੋਂ ਬਚ ਕੇ ਨਿਕਲੀ ਇੱਕ ਔਰਤ ਨੇ ਦੱਸਿਆ ਕਿ ਗਲੀ ਦੇ ਵਿੱਚ ਬਹੁਤ ਸਾਰੀਆਂ ਲਾਸ਼ਾਂ ਡਿੱਗੀਆਂ ਹੋਈਆਂ ਨੇ ਇਸ ਦਰਮਿਆਨ ਯੂਨੀਸੈਫ ਨੇ ਚੇਤਾਵਨੀ ਦਿੱਤੀ ਹੈ ਕਿ ਯੂਕਰੇਨ ਜੰਗ ਚੋਂ ਭੱਜਣ ਵਾਲੇ ਬੱਚਿਆਂ ਨੂੰ ਮਨੁੱਖੀ ਤਸਕਰੀ ਅਤੇ ਸੋਸ਼ਣ ਦਾ ਖਤਰਾ ਵੱਧ ਰਿਹਾ ਹੈ ਤੇ ਜੰਗ ਕਾਰਨ ਬੱਚਿਆਂ ਦੇ ਲਈ ਇੱਕ ਨਵਾਂ ਸੰਕਟ ਖੜਾ ਹੋ ਗਿਆ ਹੈ ਏਜੰਸੀ ਮੁਤਾਬਕ 24 ਫਰਵਰੀ ਨੂੰ ਰੂਸੀ ਹਮਲਾ ਸ਼ੁਰੂ ਹੋਣ ਤੋਂ ਬਾਅਦ ਦੇਸ਼ ਛੱਡ ਕੇ ਭੱਜਣ ਵਾਲਿਆਂ ਦੇ ਵਿੱਚ ਲੱਖਾਂ ਬੱਚੇ ਵੀ ਨੇ ਜਿਨ੍ਹਾਂ ਵਿੱਚੋਂ 500 ਬੱਚੇ ਬੇਸਹਾਰਾ ਨੇ ਯੂਰਪ ਤੇ ਮੱਧ ਏਸ਼ੀਆ ਲਈ ਯੂਨੀਸੈਫ ਦੇ ਖੇਤਰੀ ਨਿਰਦੇਸ਼ਕ ਅਫਸ਼ਾਨ ਖਾਨ ਨੇ ਕਿਹਾ ਕਿ ਆਪਣੇ ਪਰਿਵਾਰਾਂ ਤੋਂ ਵੱਖ ਹੋਣ ਕਰਕੇ ਬੱਚੇ ਬਹੁਤ ਹੀ ਕਮਜ਼ੋਰ ਹੋ ਗਏ ਨੇ ਉਹਨਾਂ ਦਾ ਸੋਸ਼ਣ ਅਤੇ ਤਸਕਰੀ ਕੀਤੇ ਜਾਣ ਦਾ ਖਤਰਾ ਵੱਧ ਗਿਆ ਹੈ ਉਹਨਾਂ ਨੇ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਸ਼ਰਨਾਰਥੀ ਬੱਚਿਆਂ ਨੂੰ ਸੁਰੱਖਿਅਤ ਰੱਖਣ ਦੇ ਲਈ ਦੂਸਰੇ ਮੁਲਕਾਂ ਦੀਆਂ ਸਰਕਾਰਾਂ ਜ਼ਰੂਰ ਉਪਾਕਾਰਨ ਇਸ ਦਰਮਿਆਨ ਯੂਕਰੇਨੀ ਅਧਿਕਾਰੀਆਂ ਨੇ ਦੱਸਿਆ ਕਿ ਸੂਮੀ ਇਹ ਸ਼ਹਿਰ ਵੀ ਬਹੁਤ ਜੰਗ ਪ੍ਰਭਾਵਿਤ ਸ਼ਹਿਰ ਹੈ ਇਥੋਂ ਦੇ ਇੱਕ ਅਨਾਥ ਆਸ਼ਰਮ ਦੇ ਵਿੱਚੋਂ 71 ਬੱਚਿਆਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ਤੇ ਲਿਜਾਇਆ ਗਿਆ ਹੈ ਬੱਚਿਆਂ ਨੂੰ ਪਿਛਲੇ 2 ਹਫ਼ਤਿਆਂ ਤੋਂ ਇੱਕ ਬੰਕਰ ਦੇ ਵਿੱਚ ਰੱਖਿਆ ਗਿਆ ਸੀ ਤੇ ਜਿਹੜੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਹ ਸੱਚਮੁੱਚ ਦਿਲ ਨੂੰ ਹਿਲਾ ਦੇਣ ਵਾਲੀਆਂ ਤਸਵੀਰਾਂ ਨੇ ਬੱਚੇ ਬਹੁਤ ਹੀ ਛੋਟੇ ਨੇ ਤੇ ਅਨਾਥ ਹਾਲਤ ਦੇ ਵਿੱਚ ਇਹ ਬੱਚੇ ਕਿਵੇਂ ਕਿੱਥੇ ਸਰਵਾਈਵ ਕਰਨਗੇ ਜਿਹੜੇ ਲੋਕਾਂ ਨੇ ਇਹਨਾਂ ਨੂੰ ਬਚਾਉਣਾ ਹੈ ਉਹ ਖੁਦ ਵੀ جنگ ਦੇ ਸائے ਹੇਠ ਨੇ ਰੱਬ ਹੀ ਜਾਣੇ ਹੁਣ ਉੱਥੇ ਕੀ ਬਣਨਾ ਹੈ ਉਧਰ ਪੋਲਿਸ਼ ਬਾਰਡਰ ਗਾਰਡ ਏਜੰਸੀ ਦਾ ਕਹਿਣਾ ਹੈ ਕਿ ਯੁੱਧ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਲਗਭਗ 20,57,114 ਯੂਕਰੇਨੀ ਨਾਗਰਿਕ ਪੋਲੈਂਡ ਦੇ ਵਿੱਚ ਚਲੇ ਗਏ ਨੇ ਯੂਕੇ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਰੂਸ ਯੂਕਰੇਨ ਦੇ ਹਵਾਈ ਖੇਤਰ ਤੇ ਕਬਜ਼ਾ ਕਰਨ ਦੇ ਵਿੱਚ ਅਸਫਲ ਰਿਹਾ ਜੋ ਕਿ ਮਾਸਕੋ ਦੇ ਮੁੱਖ ਉਦੇਸ਼ਾਂ ਦੇ ਵਿੱਚੋਂ ਇੱਕ ਸੀ ਤੇ ਜੇ ਯੂਕੇ ਦੇ ਰੱਖਿਆ ਮੰਤਰਾਲੇ ਦੀ ਗੱਲ ਸਹੀ ਹੈ ਤਾਂ ਜ਼ਾਹਿਰ ਤੌਰ ਤੇ ਰੂਸ ਦੇ ਲਈ ਇਹ ਵੱਡਾ ਚਟਕਾ ਹੈ ਪਰ ਰੂਸ ਪਿੱਛੇ ਹਟਣ ਨੂੰ ਕਿਉਂ ਨਹੀਂ ਤਿਆਰ ਇਸ ਸਭ ਨੂੰ ਤਕਲੀਫ ਦੇ ਰਿਹਾ ਹੈ ਯੂਕਰੇਨ ਦੇ ਅਧਿਕਾਰੀਆਂ ਨੇ ਰਿਪੋਰਟ ਦਿੱਤੀ ਹੈ ਕਿ ਰੂਸੀ ਬਲਾਂ ਨੇ ਯੁੱਧ ਪ੍ਰਭਾਵਿਤ ਮਾਰੀਓਪੋਲ ਦੇ ਵਿੱਚ ਇੱਕ ਸਕੂਲ ਨੂੰ ਹੀ ਬੰਬ ਨਾਲ ਉਡਾ ਦਿੱਤਾ ਹੈ ਸਕੂਲ ਦੇ ਵਿੱਚ 400 ਲੋਕਾਂ ਨੇ ਸ਼ਰਨ ਲਈ ਹੋਈ ਸੀ ਹਾਲ ਦੀ ਘੜੀਸਾਂ ਨੂੰ ਇੰਨੀ ਕੁ ਖਬਰ ਹੀ ਮਿਲੀ ਹੈ ਅਰਦਾਸ ਕਰਦੇ ਹਾਂ ਕਿ 400 ਲੋਕ ਜਿਨ੍ਹਾਂ ਨੇ ਸ਼ਰਨ ਲਈ ਸੀ ਉਥੋਂ ਸਹੀ ਸਲਾਮਤ ਨਿਕਲ ਗਏ ਹੋ